हाँ जी दोस्तों, सारे वीरां नूं प्यार भरी सति श्री अकाल। ते मित्रों सज्जनों प्यारियो, जिहड़ी अज वाली वीडियो आ गई इह बड़ी खास होण वाली है। वह खास होण वाली की है तुसीं देख ही लईआं होणगीआं, जिथों तक मैनूं लगदा है वी आ सामने की पईआं ने। जे नहीं ध्यान च आईआं चलो फिर भी मैं कोले बैठ के दिखा दिंदा भी ये आंडे वालियां ट्रेयां ने। तुसीं आंडे तां बहुत खादे होणगे ते ट्रेयां दे विच आंडे लियाते ही बहुत होणगे, ते दूआ ट्रेयां ने जिहड़ियां उह रद्दी वालियां नूं बेचियां ही बहुत होणगियां। ते पर कदे ट्रेयां बणदियां नहीं देखियां होणियां भी ट्रे बणदी किवें आ। जिवें तुसीं ला लो उधरले पास्यों सांचा जिन्ना आउंदा सारा सुकदा सुकदा सुकदा, इत्थे आ के कलर च थोड़ा जिहा इहदे च फर्क पै गया। ते इहदू बाद ऐ इधर नूं ऐ सारा गिला जांदा है ना। ते इस तों बाद आ गया साडा मित्र प्यारा जिहड़ा ट्रेयां चक लिया आ, ते इह फिलहाल गिलियां नेगियां, इहनां नूं इत्थे धरू भी सुकण वास्ते धुप्प दे विच। ते इहनां नूं बहुत थावें हीट दे नाल भी सुकाया जांदा, पर इत्थे अपना देसी तरीका कुदरती तरीका जिहनूं कह दईए सूरज नाल सुकाया जांदा सुकण वास्ते। इत्थे जिहनूं मैं हथ लावां इह इत्थों गिल्ली आ, ऐ ऐ हुंदी है। ते इह हुण बणदी किवें आ उह वी थोनूं दिखाउणा, सारा प्रोजैक्ट दिखाऊं कल्ला कल्ला। आह देख लो थोड़े सामने कल्ली कल्ली डिगी जांदा। ते हुण इंतजार दीआं घड़ियां लवे लगदीआं ने, तुसीं जुड़े रहो सोनू दिखाउणा भी इह बणदी कित्थे आ। इह बणदी आ कि जिहड़ी आह उरों इहदा प्रोसैस शुरू हो जांदा। इह फैक्टरी मेरे दोस्त दी आ गुरतेज ठेकेदार दी हरीगढ़ वाल दी। ते इहदे विच प्रोसैस की है, जिन्ना अपना गंद पिल लल्ला पल्ला कोलगेट वालियां डब्बियां हो गईआं जां जिहड़े आह डब्बे हो गए पेपर हो गया आह डब्बी हो गई दवाइयां वालियां हो गईआं, इहनां तों इह सब तो वध बणदी आ। आह वड्डे वड्डे बोरे रद्दी दे भरे हुए आउंदे हुंदे ने, जिहड़े आपां कहिंदे आ वी कोई कुछ पुछदा नहीं हैगा। इह रद्दी जिहड़े बंदे दा कम करदे आ ना उहनां नूं पता हुंदा वी इह किन्नी कु महंगी है। ते कई वार इह च जिवें पुराणियां ट्रेयां दुकानां ते पईआं हुंदीआं ने उत्थों भी वह पैन लई आ जांदियां हैगियां। जा जो जा इहनूं भेजी जा इहनूं। ਤੇ ਇਹਦੇ ਵਿੱਚ ਸਾਰੀ ਇਹ ਰੱਦੀ ਪੈਂਦੀ ਆ। ਰੱਦੀ ਪਾ ਕੇ ਦਿਖਾਈ ਇਹਨੂੰ ਮਾੜਾ ਜਿਹਾ, ਕਰੀ ਚਲਾਈ ਚਲਾਵੇਂਗਾ? ਹਾਂ ਚਲਾ ਉੱਧਰੋਂ। ਅਤੇ ਤੁਹਾਨੂੰ ਦੱਸਦੇ ਆਹ ਇਹਦੇ ਵਿੱਚ ਜਿਹੜੇ ਕੋਈ ਕਾਗਜ਼ ਪੱਤਰ ਹੁੰਦੇ ਨੇਗੇ ਜਿਵੇਂ ਪੋਲੀਥੀਨ ਆ ਜਾਂਦਾ ਹੈ ਨਾ, ਇਹਨੂੰ ਇੱਦਾਂ ਕੱਢਿਆ ਜਾਂਦਾ। ਅਤੇ ਆਹ ਉਰੇ ਇਹਦੇ ਪੱਖਾ ਹੈਗਾ ਇੱਕ, ਜਿਹੜੀ ਮੋਟਰ ਲੱਗੀ ਵੀ ਆ ਬਹੁਤ ਵੱਡੀ, ਇੱਥੇ ਵਿਚਾਰ ਨਾਲ ਚੱਲਣਾ ਪੈਂਦਾ ਵੀ ਜੇ ਬੰਦਾ ਇਹਦੇ ਵਿੱਚ ਆ ਗਿਆ ਤਾਂ ਬੰਦੇ ਦੇ ਚਿਥੜੇ ਉੱਡ ਜਾਣਗੇ। ਅਤੇ ਇਹ ਉੱਪਰੋਂ ਪਾਣੀ ਆਉਂਦਾ ਕਿ ਤਾਂ ਹੱਥ ਰੱਦੀ ਕੋਲ ਕਿਹਾ ਹੀ ਹੈ ਪਾਣੀ ਆਇਆ ਹੈ ਨਾ, ਰੱਦੀ ਇੱਧਰੋਂ ਡੇਗਦੇ ਹੁੰਦੇ ਆ। ਹਾਂ ਅਤੇ ਆਹ ਥੱਲੇ ਜਿਹੜੇ ਕਾਗਜ਼ ਨੇ ਇਹ ਅੱਡ ਉਹ ਕਰਦੇ ਆ ਹੈ ਨਾ। ਅੱਛਾ ਜਿਹੜਾ ਉਹਨਾਂ ਦੇ ਪਾਣੀ ਲੱਗੀ ਹੋਈ ਆ ਉਹਦੇ ਰੱਦੀ ਉੱਧਰ ਲੰਘ ਜਾਂਦੀ ਆ ਤੇ ਲੈਮੀਨੇਸ਼ਨ ਅੱਡ ਰਹਿ ਜਾਂਦਾ। ਲੈਮੀਨੇਸ਼ਨ ਅੱਡ ਰਹਿ ਜਾਂਦਾ ਹੈਗਾ, ਠੀਕ ਆ। ਵੀ ਇਹ ਜਿਹੜਾ ਆਪਣੇ ਆਪਾਂ ਦੇਖ ਲੈਂਦੇ ਜਿਵੇਂ ਆਹ ਚੀਜ਼ ਤੁਸੀਂ ਐਗਜ਼ੈਂਪਲ ਲਾ ਲਓ ਵੀ ਜਿਵੇਂ ਇਹਦੇ ਉੱਪਰ ਕੋਈ ਕਾਗਜ਼ ਹੁੰਦਾ ਹੈਗਾ ਹੈ ਨਾ ਲੈਮੀਨੇਸ਼ਨ ਵਾਲਾ, ਉਹ ਰਹਿ ਜਾਂਦਾ ਹੈ ਜਾਂ ਇਹਦੇ ਵਿੱਚ ਵੀ ਹੋਊਗਾ। ਹਾਂ ਘੱਟਾ ਵੀ ਉਹ ਜਿਵੇਂ ਮੰਨ ਲਓ ਆਹ ਕਾਗਜ਼ 'ਤੇ ਲਾ ਲਓ ਜਿਵੇਂ ਇਹਦੇ ਉੱਪਰ ਹੈਗਾ, ਹਾਂ ਜਿਵੇਂ ਇਹਨਾਂ ਦੇ ਉੱਪਰ ਹੈਗਾ ਆਪਾਂ ਦੇਖ ਸਕਦੇ ਹਾਂ ਛੋਟਾ ਜਿਹਾ ਇਹ ਰਹਿ ਜਾਂਦਾ। ਉਹ ਮੋਟਰ ਨਹੀਂ ਚਲਾਈ ਦੂਜੀ? ਅੱਛਾ। ਅਤੇ ਇਸ ਤਰੀਕੇ ਨਾਲ ਤੁਸੀਂ ਦੇਖੋ ਵੀ ਇਹ ਇਹਨੂੰ ਕੱਢਦਾ। ਅਤੇ ਤੁਸੀਂ ਜਮ੍ਹਾਂ ਜੁੜੇ ਰਹੋ, ਤੁਸੀਂ ਹੈਰਾਨ ਹੋ ਜਾਓਗੇ ਵੀ ਯਾਰ ਇੱਕ ਟਰੇ ਬਣਨ ਵਾਸਤੇ ਉਹਨੂੰ ਇੰਨੇ ਲੰਬੇ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਦੀ ਲੰਘਣਾ ਪੈਂਦਾ। ਇਹ ਡੂੰਘਾ ਕਿੰਨਾ ਪੱਤਾ? ਸੱਤ ਫੁੱਟ, ਠੀਕ ਹੈ। ਅਤੇ ਆਹ ਸਾਰੀ ਚੀਜ਼ ਉਦੋਂ ਬਾਅਦ ਇਹ ਹੈ। ਅਤੇ ਇਹਨੂੰ ਫਿਰ ਇਹ ਕਿਤੇ ਅੱਗ ਲਾ ਕੇ ਮਚਾ ਦਿੰਦੇ ਆ ਜਾਂ ਕਿਤੇ ਬਾਹਰੇ ਦੂਰ ਨੇੜੇ ਜਿੱਥੇ ਵੀ ਹੁੰਦਾ ਟੋਆ ਪੱਟ ਕੇ ਦੱਬ ਦਿੰਦੇ ਆ ਕਿ ਜਾਂ ਕਿਤੇ ਮੀਲ 'ਚ ਹੋ ਜਾਂਦਾ ਗਾ। ਅਤੇ ਹੁਣ ਇਹਨੂੰ ਤੁਸੀਂ ਦੇਖ ਲਓ ਵੀ ਤੁਹਾਡੇ ਸਾਹਮਣੇ ਵਿੱਚ ਡੇਗਦਾ ਮਿੱਤਰੋ। ਕਿੰਨੀਆਂ ਪਾਏਗਾ ਇੱਕ ਵਾਰੀ 'ਚ? ਕਿੰਨੀਆਂ ਮਰਜ਼ੀ ਪਾਲਾ, ਬਸ ਇੰਨਾ ਕੀ ਬਹੁਤਾ ਚੱਲਦੀ ਚੱਲਦੀ ਦਿਖਾ ਦਈਏ ਕਿਰਾਂ ਆਪਾਂ ਛੱਡਦੇ।
ਇਹਦੇ ਵਿੱਚ ਇਕੱਠੀਆਂ ਹੋਈ ਜਾਂਦੀਆਂ ਨੇ। ਤੁਸੀਂ ਐਂ ਲਾ ਲਓ ਵੀ ਇਹਦੀ ਉਮਰ ਦੇ ਦੂਜੇ ਜਵਾਕ ਕੋਈ ਸਕੂਲ 'ਚ ਬੈਠਾ ਹੈ, ਕੋਈ ਕਿਤੇ ਬੈਠਾ, ਪਰ ਇਹ ਐਡਾ ਮਿਹਨਤੀ ਜਵਾਕ ਹੈ, ਆਪਦੇ ਇੱਥੇ ਫੈਕਟਰੀ ਦੇ ਵਿੱਚ ਕੰਮ ਕਰਨ ਲੱਗਿਆ ਪਿਆ। ਕਈ ਵਾਰ ਇਹ ਥੋੜ੍ਹਾ ਜਿਹਾ ਔਖਾ ਜਿਹਾ ਵੀ ਹੋ ਜਾਂਦਾ, ਕਹਿੰਦਾ ਯਾਰ ਮੈਨੂੰ ਕੰਮ ਵਾਲਾ ਹੈ। ਮਹਾਂ ਕੋਈ ਗੱਲ ਨਹੀਂ ਪੁੱਤ, ਹੁਣ ਤੂੰ ਕੱਢ ਜਾਏਗਾ ਨਾ, ਜਿਹੜਾ ਕਾੜਨੀ ਦੇ ਵਿੱਚ ਕੇਰਾਂ ਦੁੱਧ ਕੱਢ ਗਿਆ, ਉਦੋਂ ਬਾਅਦ ਫਿਰ ਉਹਦੇ ਕਿੰਨੀ ਕਰੀਮ ਆਉਂਦੀ ਹੁੰਦੀ ਆ, ਇਹ ਆਪਾਂ ਨੂੰ ਹੀ ਪਤਾ ਹੈ ਵੀ ਇਹਨੇ ਜ਼ਿੰਦਗੀ ਦੇ ਵਿੱਚ ਹੀ ਆ ਕੇ ਕਿੰਨਾ ਵਧੀਆ ਇਨਸਾਨ ਬਣਨਾ ਅਤੇ ਕਿੰਨੀ ਇਹਨੇ ਤਰੱਕੀ ਕਰਨੀ ਹੈਗੀ। ਪਰਮਾਤਮਾ ਇਹਦੇ ਜਵਾਕ 'ਤੇ ਮੀਰਾਂ ਭਰਿਆ ਹੱਥ ਰੱਖੇ। ਬਸ ਤੁਸੀਂ ਜੁੜੇ ਰਹੋ ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਅੱਗੇ ਇਹਦਾ ਪ੍ਰੋਸੈਸ ਕੀ ਆ। ਇਹਦਾ ਬਟਨ ਉੱਧਰ ਹੁੰਦਾ ਆਪਣਾ ਮੋਟਰ ਦਾ, ਠੀਕ ਹੈ, ਜਮ੍ਹਾਂ ਭਰ ਦੇਣਾ ਬਸ। ਅਤੇ ਲੈ ਵੀ ਮਿੱਤਰੋ ਆਹ ਹੋ ਗਈ, ਅਤੇ ਹੁਣ ਤੁਹਾਨੂੰ ਇਹਦੀ ਦਲੜ ਫਲੜ ਦਿਖਾਵਾਂਗੇ ਵੀ ਕਿਵੇਂ ਹੁੰਦੀ ਆ। ਚੱਲ ਵੀ ਤੁਸੀਂ ਹੁਣ ਪਚੀਕੜ ਦੇਖੋ ਕਿਵੇਂ ਪੈਂਦਾ, ਗਾਹ ਦੇਖੋ। ਮੈਂ ਕਹਿੰਦਾ ਜੇ ਇਹ 'ਚ ਬੰਦਾ ਡਿੱਗ ਪਏ ਨਾ, ਹੈ ਨਾ, ਹਾਂ ਇੱਕ ਦੋ ਸਕਿੰਟਾਂ ਦੀ ਗੇਮ ਆ, ਬੰਦਾ ਖਤਮ ਕਰਨਾ ਤਾਂ। ਅਤੇ ਇਸ ਤਰ੍ਹਾਂ ਜਿਹੜੀ ਰੱਦੀ ਆ ਇਹ ਸਾਰੀ ਇਹਦੇ ਵਿੱਚ ਉਹਨੂੰ ਲਿਕੁਇਡ ਕਰ ਲਿਆ ਜਾਂਦਾ, ਜਿਵੇਂ ਕਹਿ ਦਈਏ ਵੀ ਘੋਲ ਬਣਾਇਆ ਜਾਂਦਾ ਗਾ। ਘੋਲ ਬਣਾਉਣ ਤੋਂ ਬਾਅਦ ਜਿਹੜੀ ਉਹ ਚੀਜ਼ ਆ, ਆਹ ਇੱਧਰੋਂ ਉਹ ਮੋਟਰ ਚੱਲਦੀ ਆ, ਤੁਸੀਂ ਦੇਖ ਲਓ ਮੋਟਰ ਕਿੱਡੀ ਵੱਡੀ ਫਿੱਟ ਹੋਈ ਵੀ ਆ, ਇੱਥੋਂ ਆਉਂਦੀ ਹੋਈ ਸਾਰੀ ਇੱਧਰ ਆ ਜਾਂਦੀ ਆ। ਇਹਦੇ ਵਿੱਚ ਦੀ ਆਹ ਰਸਤੇ ਵਿੱਚ ਦੀ ਉਹ ਹੁੰਦੀ ਹੋਈ ਆਹ ਉਹ ਇਹ ਪੈਪ ਖੋਲ ਦਿੰਦੇ ਆ, ਪੈਪ ਦੇ ਵਿੱਚ ਦੀ ਉਹਦੀ ਹੁੰਦੀ ਹੋਈ ਇਹਦੇ ਵਿੱਚ ਵਗ ਜਾਂਦੀ ਆ। ਥੱਲੇ ਇਹਨੂੰ ਗੇੜਨ ਵਾਸਤੇ ਅੱਜ ਇੱਕ ਸਿਸਟਮ ਲੱਗਿਆ ਹੋਇਆ ਗਾ, ਜਿਹੜੀ ਆਹ ਮੋਟਰ ਘੁਮਾਈ ਜਾਂਦੀ ਆ, ਇਹ ਥੱਲੇ ਘੁੰਮੀ ਜਾਂਦੀ ਆ, ਥੱਲੇ ਘੁੰਮਦਾ ਰਹਿੰਦਾ ਸਿਸਟਮ ਸਾਰਾ। ਇਹ ਇੱਧਰ ਪਿਆ ਹੁੰਦਾ ਅਤੇ ਇੱਧਰੋਂ ਫਿਰ ਇਹ ਪਾਈਪਾਂ ਦੇ ਰਾਹੀਂ ਜਿਹੜੇ ਉਹ ਪੈਪ ਹੈਗਾ ਉਹਦੇ ਨਾਲ ਇਹਨੂੰ ਤੁਹਾਨੂੰ ਉੱਧਰ ਦੀ ਵੀ ਦਿਖਾਈ ਲਿਆਵਾਂ ਮੈਂ। ਅਤੇ ਇੱਥੋਂ ਇੱਕ ਆਹ ਮੋਟਰ ਲੱਗੀ ਵੀ ਹੈਗੀ, ਜਿਹਦੇ ਨਾਲ ਇੱਥੋਂ ਇਹ ਸਿਸਟਮ ਸਾਰਾ ਚੱਕਿਆ ਜਾਂਦਾ ਅਤੇ ਚੱਕ ਕੇ ਇਹ ਇਸ ਤਰੀਕੇ ਇਹਦੇ ਵਿੱਚ ਆ ਜਾਂਦਾ। ਇਹਦੇ ਵਿੱਚ ਇਹ ਸਾਰੀ ਗਾਦ ਆ ਗਈ, ਜਿਹੜਾ ਮਟੀਰੀਅਲ ਹੈ ਇਹ ਉੱਪਰ ਜਾ ਕੇ ਉੱਥੇ ਉਹਨਾਂ ਹੀ ਫਸ ਜਾਂਦਾ ਅਤੇ ਐਂ ਚੱਕ ਲੈਂਦੇ ਹੈਗੇ। ਅਤੇ ਆ ਇਹਦੇ ਸਾਂਚੇ ਦੀਆਂ ਉਹ ਬਣਾਈਆਂ ਵੀ ਨੇ ਪਲੇਟਾਂ, ਅਤੇ ਪਲੇਟਾਂ ਦੇ ਉੱਪਰ ਇਸ ਤਰੀਕੇ ਨਾਲ ਰੱਖ ਲੈਂਦੇ ਆ। ਇਹ ਜਮਾਂ ਉਨਾ ਕੀ ਆਉਂਦਾ ਹੈ ਨਾ, ਜਿੰਨਾ ਉੱਪਰ ਚਿਪਕਣਾ ਹੁੰਦਾ, ਆਹ ਥੱਲੇ ਸਾਂਚਾ ਬਣਿਆ ਵਾ ਜਿਹਨੂੰ ਪਕੜਾ, ਅਤੇ ਉਹਦੇ ਤੋਂ ਥੱਲੇ ਉਹਦੇ ਐਂ ਗੇੜਾ ਲੱਗਾ ਅਤੇ ਇੱਥੇ ਜਮਾਂ ਸੁੱਕ ਕੇ ਇੱਦਾਂ ਰਹਿ ਜਾਂਦੀ ਆ ਇਹ। ਤੁਹਾਨੂੰ ਮੈਂ ਉੱਧਰਲੇ ਪਾਸੇ ਵੀ ਦਿਖਾਉਣਾ, ਪੈਸੇ ਇੱਥੇ ਇਹਨਾਂ ਕੋਲ ਇਹ 3 ਯੂਨਿਟ ਲਾਏ ਹੋਏ ਹੈਗੇ, ਪਰ ਇਸ ਟਾਈਮ ਇਹਨਾਂ ਨੇ ਜਿਹੜੇ 2 ਯੂਨਿਟ ਨੇ ਉਹ ਚਲਾਏ ਹੋਏ ਨੇਗੇ। ਅਤੇ ਤੁਸੀਂ ਆਹ ਦੇਖ ਲਓ ਉੱਪਰ ਜੰਮ ਗਈ ਅਤੇ ਇੱਥੋਂ ਆ ਲਾ ਲਈ, ਅਤੇ ਨੀਚੇ ਫੇਰ ਇਹਦੇ ਹੋ ਗਿਆ, ਫੇਰ ਲੱਗ ਗਈ ਅਤੇ ਫੇਰ ਹੋ ਗਿਆ। ਮਿਸਤਰੀ ਇਹ ਕਿੰਨੇ ਸਕਿੰਟਾਂ ਦਾ ਪ੍ਰੋਜੈਕਟ ਆ ਗਿਆ ਜਿਹੜਾ ਥੱਲੋਂ ਲੈ ਕੇ ਉੱਪਰ ਦੇ ਜਾਣ ਤੱਕ ਆਉਂਦਾ? 10 ਘੰਟਿਆਂ ਦਾ। 10 ਸਕਿੰਟ ਦੇ ਵਿੱਚ ਵਿੱਚ ਇਹ ਟਰੇ ਆਪਾਂ ਲਾਉਣੀ ਹੁੰਦੀ ਆ, ਮੰਨ ਲਾ ਜਿਵੇਂ ਉੱਪਰ ਚਿਪਕਾ ਕੇ ਥੱਲੇ ਵਾਗੀ, ਅੱਛਾ ਦੁਬਾਰੇ ਫੇਰ 10 ਘੰਟਿਆਂ 'ਚ ਉੱਪਰ ਆਊਗੀ। ਇੱਕ ਗੱਲ ਹੋਰ ਹੈ, ਜਿੰਨੇ ਵੀ ਉਰੇ ਵੀਰ ਕੰਮ ਕਰਦੇ ਆ, ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੁੰਦੀ ਆ ਵੀ ਕੋਈ ਕੜਾ ਕੁੜਾ ਪਾ ਕੇ ਨਾ ਉਹ ਕਰੇ, ਹੈ ਨਾ, ਮਸ਼ੀਨ ਕੋਲੇ। ਹਾਂ, ਇੱਕ ਦਿਨ ਦੇ ਵਿੱਚ ਕਿੰਨੀਆਂ ਟਰੇਆਂ ਕੱਢ ਦਿੰਦੀ ਆ ਇਹ? 175 ਮੰਡਲਾਂ ਇੱਕ ਮਸ਼ੀਨ, ਇੱਕ ਮਸ਼ੀਨ ਕਹਿੰਦੀ ਇੱਕ ਦਿਨ 'ਚ, ਠੀਕ ਹੈ। ਅਤੇ ਗਰਮੀਆਂ 'ਚ ਸੁੱਕ ਇਹ ਕਿੰਨੇ ਸਮੇਂ 'ਚ ਜਾਂਦੀ ਹੈ? 4 ਘੰਟਿਆਂ 'ਚ। ਅਤੇ ਜਿਹੜੀਆਂ ਆਪਣੀਆਂ ਹੋਰ ਟਰੇਆਂ ਬਣਦੀਆਂ ਹੁੰਦੀਆਂ ਨੇ, ਜਿਵੇਂ ਇਹਦੇ ਵਾਲੀ ਹੋ ਗਈ, ਸੇਬਾਂ ਵਾਲੀ ਹੋ ਗਈ ਜਾਂ ਕਿਸੇ ਹੋਰ ਵਾਲੀ, ਸਾਰੀ ਇੱਥੇ ਬਸ ਇਕੱਲੀਆਂ ਜਾਲੀਆਂ ਵਾਲੀਆਂ ਸੰਚੇ ਵਾਲੇ ਆਉਂਦੇ ਆ? ਡਾਈਆਂ ਚੇਂਜ ਹੁੰਦੀਆਂ ਨੇ, ਹੈ ਨਾ, ਬਿਲਕੁਲ। ਸੋ ਲੈ ਵੀ ਦੋਸਤੋ, ਉਦੋਂ ਬਾਅਦ ਉੱਥੋਂ ਮਾਲ ਤਿਆਰ ਹੋ ਕੇ ਤੁਹਾਨੂੰ ਦੱਸਿਆ ਸੀ ਵੀ ਉੱਧਰ ਜਾਂਦਾ ਗਾ, ਅਤੇ ਇੱਧਰ ਐਂ ਇੱਥੇ ਬਾਹਰ ਸੁੱਕਣਾ ਪਾਇਆ ਜਾਂਦਾ, ਅਤੇ ਸੁੱਕਣਾ ਪਾ ਕੇ ਉਦੋਂ ਬਾਅਦ ਇਸ ਤਰ੍ਹਾਂ ਉਹਦੇ 100-100 ਪੀਸ ਦੇ ਬੰਡਲ ਬਣਾ ਕੇ ਅਤੇ ਇੱਥੇ ਇਕੱਠਾ ਹੋ ਜਾਂਦਾ, ਅਤੇ ਇੱਥੋਂ ਫਿਰ ਟਰਾਲੀਆਂ ਦੇ ਵਿੱਚ ਲੋਡ ਹੋ ਕੇ ਇਹ ਸਾਰਾ ਜਾਂਦਾ ਗਾ ਬਾਹਰ ਪੋਲਟਰੀ ਹਾਊਸਾਂ ਦੇ ਵਿੱਚ। ਦੋਸਤੋ, ਜੇਕਰ ਤੁਹਾਨੂੰ ਵੀਡੀਓ ਜਾਣਕਾਰੀ ਭਰਪੂਰ ਲੱਗੀ, ਵਧੀਆ ਲੱਗੀ, ਤੈਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ, ਮਿਹਰਬਾਨੀ, ਥੈਂਕ ਯੂ।